ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਸਾਡੀਆਂ ਘਰ ਵਾਲੀਆਂ ਬਹੁਤ ਤੇਜ਼ ਨੇ, ਮੰਨਦੀਆਂ ਨੇ, ਲੜਦੀਆਂ ਨੇ ਤੇ ਅਸੀਂ ਬਹੁਤ ਦੁਖੀ ਹਾਂ ਉਹਨਾਂ ਤੋਂ, ਤਿੰਨ ਸਟੈਪਸ ਫੋਲੋ ਕਰੋ ਤੁਸੀਂ ਉਹਨਾਂ ਨੂੰ, ਤਿੰਨ ਸਟੈਪਸ ਫੋਲੋ ਕਰੋ ਫਿਰ ਤੁਸੀਂ ਦੇਖੋ ਤੁਹਾਡੇ ਘਰ ਦਾ ਮਾਹੌਲ ਕਿਵੇਂ ਚੇਂਜ ਹੁੰਦਾ ਤੇ ਤੁਹਾਡੀ ਵਾਈਫ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ। ਪਹਿਲਾ, ਸਭ ਤੋਂ ਪਹਿਲਾਂ ਉਹਨੂੰ ਇਹ ਗੱਲ ਕਿਹਾ ਕਰੋ ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਕਿ ਜੇ ਤੇਰਾ ਵਿਆਹ ਮੇਰੇ ਨਾਲ ਨਾ ਹੁੰਦਾ ਤੇ ਮੇਰਾ ਕੀ ਬਣਦਾ, ਵੀ ਮੈਂ ਬਹੁਤ ਖੁਸ਼ਕਿਸਮਤ ਹੈ ਵੀ ਮੈਂ ਤੇਰੇ ਨਾਲ ਵਿਆਹ ਕਰਾਇਆ ਤੇ ਮੇਰੀ ਜ਼ਿੰਦਗੀ ਸਫਲ ਹੋ ਗਈ, ਤੂੰ ਬਹੁਤ ਚੰਗੀ ਹੈ। ਦੂਸਰਾ, ਹਰ ਮਹੀਨੇ ਇੱਕ ਸਰਪ੍ਰਾਈਜ਼ ਗਿਫਟ ਦਿਆ ਕਰੋ, ਕੁਛ ਵੀ ਦਿਓ, ਇੱਕ ਸਰਪ੍ਰਾਈਜ਼ ਗਿਫਟ ਦਿਓ। ਤੀਸਰਾ, ਹਮੇਸ਼ਾ ਉਹਦੇ ਪੇਕਿਆਂ ਦੇ ਵਿੱਚ ਉਹਦੇ ਸਾਹਮਣੇ ਉਹਦੀ ਤਾਰੀਫ ਕਰਿਆ ਕਰੋ ਵੀ ਤੁਹਾਡੀ ਕੁੜੀ ਤਾਂ ਬਹੁਤ ਚੰਗੀ ਹੈ, ਇਹਦੇ ਵਰਗੀ ਕੋਈ ਨਹੀਂ ਦੇਖੀ ਅੱਜ ਤੱਕ, ਵੀ ਮੈਨੂੰ ਜਿਹੜੀ ਮਿਲੀ ਹੈ ਮੇਰੀ ਚੰਗੀ ਕਿਸਮਤ ਕਰਕੇ ਮਿਲੀ ਹੈ। ਆਹ ਤਿੰਨ ਗੱਲਾਂ ਫੋਲੋ ਕਰਨੀ ਸ਼ੁਰੂ ਕਰ ਦਿਓ, ਜ਼ਿੰਦਗੀ 'ਚ ਕਦੇ ਵੀ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਨਹੀਂ ਲੜੂਗੀ।